ਦੋਸਤੋ ਸਤਿ ਸ਼੍ਰੀ ਅਕਾਲ। ਹਿਮਾਚਲ ਦੇ ਕੁੱਲੂ ਤੋਂ ਵੱਡੀ ਖਬਰ ਇਸ ਵਕਤ ਹੀ ਸਾਹਮਣੇ ਆਈ ਆ। ਉੱਥੋਂ ਦਾ ਇੱਕ ਡੈਮ ਜਿਹੜਾ ਵਾ ਉਸਦਾ ਪਾਣੀ ਓਵਰਫਲੋ ਹੋਣ ਕਾਰਨ ਉਸ ਵਿੱਚ ਤਰੇੜਾਂ ਆ ਗਈਆਂ ਨੇ। ਤਾਂ ਹਾਂਜੀ ਦੋਸਤੋ, ਬਿਲਕੁਲ ਤੁਸੀਂ ਸਹੀ ਸੁਣ ਰਹੇ। ਇਸ ਵਕਤ ਆ ਪੰਜਾਬ ਦੇ ਲਈ ਬਹੁਤ ਵੱਡਾ ਖਤਰਾ ਜਿਹੜਾ ਵਾ ਉਹ ਮੰਡਰਾ ਰਿਹਾ, ਕਿਉਂਕਿ ਪਾਰਵਤੀ ਨਦੀ ਦੇ ਆਸੇ ਪਾਸੇ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹਿਮਾਚਲ ਪ੍ਰਦੇਸ਼। ਪਹਿਲਾਂ ਵੀ ਤੁਹਾਨੂੰ ਪਤਾ ਕਿ ਪੰਜਾਬ ਵਿੱਚ ਹੜ੍ਹ ਆਉਣ ਦੇ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਸੀ। ਤਾਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆਈ, ਤੁਹਾਨੂੰ ਦਿਖਾ ਰਿਹਾ ਗੋਲ ਚੱਕਰ ਮਾਰ ਕੇ ਆ। ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਜਿਹੜਾ ਵਾ ਭਰਿਆ ਹੋਇਆ। ਦੇਖ ਸਕਦੇ ਹੋ ਮੈਂ ਹਾਈਲਾਈਟ ਕਰ ਰਿਹਾ ਕਿਸ ਤਰ੍ਹਾਂ ਪਾਣੀ ਜਿਹੜਾ ਵਾ ਤਰੇੜਾਂ ਵਿੱਚੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਹਿਮਾਚਲ ਦੇ ਕੁੱਲੂ ਦੀ ਇਹ ਖਬਰ ਜਿਹੜੀ ਸਾਹਮਣੇ ਆਈ ਆ, ਇਹ ਬਿਲਕੁਲ ਸੱਚੀ ਅਤੇ ਪੁਸ਼ਟੀਦਾਇਕ ਖਬਰ ਜਿਹੜੀ ਹੈਗੀ ਹੈ। SMD ਵੱਲੋਂ ਵੀ ਪੁਸ਼ਟੀ ਕਰ ਦਿੱਤੀ ਗਈ ਕਿ ਹਿਮਾਚਲ ਦਾ ਇਹ ਜਿਹੜਾ ਡੈਮ ਆ ਇਹ ਟੁੱਟਣ ਦੇ ਕਿਨਾਰੇ, ਇਸ ਵਿੱਚ ਤਰੇੜਾਂ ਆ ਚੁੱਕੀਆਂ। ਜੇਕਰ ਟੁੱਟਦਾ ਤਾਂ ਪੰਜਾਬ, ਹਿਮਾਚਲ, ਉੱਤਰਾਖੰਡ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮੱਚੇਗੀ, ਕਿਉਂਕਿ ਇਸ ਵਿੱਚ ਪਾਣੀ ਬਹੁਤ ਜ਼ਿਆਦਾ ਕਿਊਸਿਕ ਮਾਤਰਾ ਦੇ ਵਿੱਚ ਜਮ੍ਹਾਂ, ਜਿਸ ਦੇ ਤਹਿਤ ਪਾਰਵਤੀ ਨਦੀ ਦੇ ਆਸੇ ਪਾਸੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ। ਤੁਹਾਨੂੰ ਦਿਖਾਉਂਦੇ ਹਾਂ ਬਾਕੀ ਤਸਵੀਰਾਂ, ਦੇਖ ਸਕਦੇ ਹੋ ਬਾਕੀ ਤਸਵੀਰਾਂ ਵੀ ਇੱਥੇ ਨਜ਼ਰ ਆ ਰਹੀਆਂ ਨੇ ਕਿ ਆ ਦੇਖੋ ਇੱਧਰੋਂ ਖਾਲੀ ਪਿਆ, ਇੱਧਰੋਂ ਪਾਣੀ ਜਿਹੜਾ ਤਰੇੜਾਂ ਰਾਹੀਂ ਨਿਕਲ ਰਿਹਾ। ਇਹ ਤਰੇੜਾਂ ਰਾਹੀਂ ਪਾਣੀ ਨਿਕਲਦਾ, ਤਰੇੜਾਂ ਵਿੱਚ ਨਿਕਲਣ ਦਾ ਕਾਰਨ ਇਹ ਹੈ ਕਿ ਪਾਣੀ ਓਵਰਫਲੋ ਹੋ ਗਿਆ ਸੀ ਗੇਟ ਨਾ ਛੱਡੇ ਕਾਰਨ, ਜਿਹੜਾ ਇਹ ਪਾਣੀ ਓਵਰਫਲੋ ਹੋ ਕੇ ਤਰੇੜਾਂ ਵਿੱਚ ਦੀ ਨਿਕਲਣਾ ਸ਼ੁਰੂ ਹੋ ਗਿਆ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਾ ਮੂੰਹ ਤੱਕ ਪਾਣੀ ਭਰਿਆ ਹੋਇਆ ਅਤੇ ਤਰੇੜਾਂ ਵਿੱਚੋਂ ਪਾਣੀ ਜਿਹੜਾ ਵਾ ਨਿਕਲ ਰਿਹਾ। ਇਸ ਤੋਂ ਇਲਾਵਾ ਹੋਰ ਜਾਣਕਾਰੀ ਪਾਉਣ ਲਈ ਸਬਸਕ੍ਰਾਈਬ